ਹਰ ਇੱਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਅਡਾ 247 ਦੇ YouTube ਚੈਨਲ ਤੇ ਤੇ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਵੀਡੀਓ ਆ ਤੁਹਾਡੇ ਲਈ ਜਿਹਦੇ ਵਿੱਚ ਕੀ ਇੱਕ ਇਤਿਹਾਸਿਕ ਤੱਥਾਂ ਬਾਰੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਜਿਵੇਂ ਤੁਸੀਂ ਪੰਜਾਬ ਗਵਰਨਮੈਂਟ ਦਾ ਜੋ ਟਵਿੱਟਰ ਹੈਂਡਲ ਦੇਖਿਆ ਹੋਊਗਾ ਉਹ ਟਵਿੱਟਰ ਹੈਂਡਲ ਦੇ ਉੱਤੇ ਅੱਜ ਯਾਨੀ ਕਿ 24 ਨਵੰਬਰ ਨੂੰ ਨੌਵੀਂ ਪਾਸ਼ਾ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਨੂੰ ਕੋਟੀ ਕੋਟੀ ਪ੍ਰਣਾਮ ਕਰਨ ਦੀਆਂ ਪੋਸਟਾਂ ਪਾਈਆਂ ਗਈਆਂ ਨੇ ਤੁਹਾਦਰ ਕਿ ਆਫੀਸ਼ੀਅਲੀ ਪੰਜਾਬ ਸਰਕਾਰ ਵੱਲੋਂ ਮੰਨੀਏ ਤਾਂ ਅੱਜ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਸ਼ਾਹੀ ਹਿੰਦ ਕੀ ਚਾਦਰ ਜੀ ਦੀ ਜੋ ਸ਼ਹਾਦਤ ਹੋਈ ਜੀ ਉਹਨੂੰ ਅੱਜ ਆਪਾਂ ਯਾਦ ਕਰ ਰਹੇ ਹਾਂ ਉਹਨਾਂ ਨੂੰ ਪ੍ਰਣਾਮ ਕਰ ਰਹੇ ਹਾਂ ਤੇ ਕਿਉਂ ਮੈਨੂੰ ਲੱਗਾ ਵੀ ਕਿਉਂ ਨਾ ਅੱਜ ਦੇ ਦਿਨ ਇੱਕ ਇਦਾਂ ਦੀ ਵੀਡੀਓ ਲੈ ਕੇ ਆਂਦੀ ਜਾਵੇ ਜਿਹਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨੀ ਉੱਤੇ ਕੁਝ ਨਾ ਕੁਝ ਆਪਾਂ ਜ਼ਰੂਰ ਬੱਚਿਆਂ ਨਾਲ ਸਾਂਝਾ ਕਰੀਏ ਤਾਂ ਉਹ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਉਮੀਦ ਹੈ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੂਗੀ ਪਸੰਦ ਆਊਗੀ ਕਿਉਂਕਿ ਇਤਿਹਾਸਕ ਵੀਡੀਓ ਹੋਊਗੀ ਤੇ ਗੁਰਤੇਗ ਬਹਾਦਰ ਜੀ ਹਿੰਦ ਕੀ ਚਾਦਰ ਜਿਨ੍ਹਾਂ ਨੂੰ ਆਪਾਂ ਉਸ ਨਾਮ ਨਾਲ ਜਾਣਦੇ ਆ ਉਹਨਾਂ ਦੇ ਬਲੀਦਾਨ ਦੀ ਕਹਾਣੀ ਚਾਹੂਗੀ ਕੋਸ਼ਿਸ਼ ਕੀਤੀ ਹੈ ਕਿ ਮੈਂ ਉਸ ਨੂੰ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਪੇਸ਼ ਕਰ ਸਕਾਂ ਤਾਂ ਕਿ ਤੁਹਾਨੂੰ ਵੀ ਤੇ ਤੁਹਾਡੇ ਆਉਣ ਵਾਲੀ ਜਿਹੜੇ ਆਪਣੇ ਬੱਚੇ ਆਪਣੇ ਆ ਜਾਂ ਵੱਡੀਆਂ ਜਨਰੇਸ਼ਨ ਆਪਣੇ ਛੋਟੀਆਂ ਜਨਰੇਸ਼ਨ ਸਭ ਨੂੰ ਇਹ ਚੀਜ਼ਾਂ ਬਾਰੇ ਸਾਨੂੰ ਗਿਆਨ ਹੋ ਸਕੇ ਚਲੋ ਜੀ ਕਰਦੇ ਫਿਰ ਆਪਾਂ ਇਹ ਵਾਲੀ ਵੀਡੀਓ ਸਟਾਰਟ ਤੇ ਸ਼ੁਰੂ ਕਰਦੇ ਆਂ ਜੀ ਤਾਂ ਜੇ ਆਪਾਂ ਬਚਪਨ ਦੀ ਗੱਲ ਕਰੀਏ ਮੈਂ ਕੋਸ਼ਿਸ਼ ਕਰੂੰਗਾ ਕਿ ਬਹੁਤ ਹੀ ਸਿੰਪਲ ਜੇ ਵੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਆਪਣੇ ਇਤਿਹਾਸਕ ਤੱਥਾਂ ਬਾਰੇ ਤੇ ਕਹਿੰਦੇ 1621 ਦੀ ਗੱਲ ਆ ਜੀ ਜਦੋਂ ਇਸ ਧਰਤੀ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੁੰਦਾ ਤੇ ਉਹ ਸਿਟੀ ਸੀਗੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਵੀ ਕਿਹ ਕਹਿੰਦੇ ਇਹਨਾਂ ਦਾ ਜਨਮ ਹੁੰਦਾ ਆ ਠੀਕ ਤੇ ਗੁਰੂ ਕੇ ਮਲ ਉਸ ਆਪਾਂ ਏਰੀਆ ਨੂੰ ਕਹਿੰਦੇ ਸੀਗੇ ਗੁਰੂ ਕਾ ਮਲ ਜਿੱਥੇ ਗੁਰੂ ਜੀ ਦਾ ਜਨਮ ਹੁੰਦਾ ਜੀ ਚਾਰ ਬ੍ਰਦਰ ਸੀਗੇ ਬੇਸਿਕਲੀ ਜੇ ਆਪਾਂ ਗੱਲ ਕਰੀਏ ਗੁਰੂ ਤੇਗ ਬਹਾਦਰ ਜੀ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਦੇ ਬੇਟੇ ਸੀਗੇ ਜੀ ਤੇ ਗੁਰੂ ਹਰਗੋਬਿੰਦ ਜੀ ਦੇ ਪੰਜ ਬੇਟੇ ਸੀਗੇ ਹੁਣ ਜਾਨੀ ਕਿ ਚਾਰ ਇਹਨਾਂ ਦੇ ਬ੍ਰਦਰ ਹੋਣਗੇ ਉਹ ਬ੍ਰਦਰ ਕਿਹੜੇ-ਕਿਹੜੇ ਸੀਗੇ ਇਹਨਾਂ ਦੇ ਭਰਾ ਕਿਹੜੇ-ਕਿਹੜੇ ਸੀਗੇ ਬਾਬਾ ਗੁਰਦੇਵਤ ਜੀ ਬਾਬਾ ਸੂਰਜਮਲ ਜੀ ਬਾਬਾ ਅਨੈ ਰਾਏ ਜੀ ਤੇ ਬਾਬਾ ਅਟਲ ਰਾਏ ਜੀ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਭਰਾ ਸੀਗੇ ਇਹਨਾਂ ਦੇ ਇੱਕ ਭੈਣ ਵੀ ਸੀਗੇ ਬੀਬੀ ਵੀਰੋ ਜੀ ਕਿਉਂਕਿ ਜਿਵੇਂ ਇੱਕ ਵਾਰ ਤੁਹਾਨੂੰ ਥੋੜਾ ਜਿਹਾ ਆਈਡੀਆ ਦੇ ਦੇਵਾਂ ਕਿ ਜੋ ਰਿਸ਼ਤਾ ਬਣਦਾ ਹੈ ਉਹ ਕੀ-ਕੀ ਹੈਗਾ ਆ ਆਪਣੇ ਕੋਲ ਛੇਵੀਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਜੀ ਉਹ ਪਿਤਾ ਜੀ ਸੀਗੇ ਠੀਕ ਆ ਜੀ ਉਹ ਸੀਗੇ ਪਿਤਾ ਜੀ ਇਨਾਂ ਦੇ ਇਹ ਪਿਤਾ ਜੀ ਸੀਗੇ ਨੌਵੀਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਠੀਕ ਹੈ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਸੀਗੇ ਇਹ ਪੁੱਤਰ ਜੀ ਸੀਗੇ ਤੇ ਇਹ ਪਿਤਾ ਜੀ ਸੀਗੇ ਇਹ ਰਿਲੇਸ਼ਨ ਸੀਗਾ ਇਹਨਾਂ ਦਾ ਰਿਸ਼ਤਾ ਸੀਗਾ ਜੋ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਾਂ ਬਾਕੀ ਆਪਾਂ ਅੱਗੇ ਦੇਖਦੇ ਹਾਂ ਹੋਰ-ਹੋਰ ਠੀਕ ਹੈ ਤੇ ਜਿਹੜੀ ਸੱਤਵੀਂ ਪਾਸ਼ਾ ਹੀ ਬਣਦੇ ਨੇ ਇੱਕ ਵਾਰ ਮੈਂ ਉਹਨਾਂ ਬਾਰੇ ਵੀ ਥੋੜਾ ਜਿਹਾ ਤੁਹਾਨੂੰ ਵਿਸਥਾਰ ਨਾਲ ਦੱਸ ਦਵਾਂ ਜੋ ਛੇਵੀਂ ਪਾਸ਼ਾ ਸੀਗੇ ਸ਼੍ਰੀ ਗੁਰੂ ਅ ਸ਼੍ਰੀ ਗੁਰੂ ਹਰਗੋਬਿੰਦ ਜੀ ਸਤਵੀਂ ਪਾਸ਼ਾ ਜੋ ਬਣਦੇ ਨੇ ਇਹਨਾਂ ਦੇ ਉਹ ਦਾਦਾ ਜੀ ਤੇ ਪੋਤਾ ਜੀ ਦਾ ਸਬੰਧ ਸੀਗਾ ਠੀਕ ਹੈ ਜੀ ਫਿਰ ਅੱਠਵੀਂ ਪਾਸ਼ਾਈ ਉਹ ਸ੍ਰੀ ਗੁਰੂ ਇਹਨਾਂ ਦੇ ਹੀ ਬੇਟੇ ਸੀਗੇ ਸ੍ਰੀ ਗੁਰੂ ਤੇ ਇੱਦਾਂ ਹੀ ਨੌਵੀਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਠਵੀਂ ਤੇ ਨੌਵੀਂ ਗੁਰੂਦਲੀ ਦਾ ਫਿਰ ਜੋ ਰਿਸ਼ਤਾ ਸੀਗਾ ਉਹ ਪਿਓ ਤੇ ਪੁੱਤਰ ਦਾ ਪਿਤਾ ਜੀ ਤੇ ਪੁੱਤਰ ਦਾ ਰਿਸ਼ਤਾ ਸੀਗਾ ਜੀ ਠੀਕ ਇਸ ਤਰੀਕੇ ਨਾਲ ਸਾਨੂੰ ਪਤਾ ਲੱਗੂਗਾ ਮਤਲਬ ਛੇਵੀਂ ਤੇ ਸੱਤਵੀਂ ਪਾਤਸ਼ਾਹੀ ਆਪਸ ਵਿੱਚ ਕੌਣ ਸੀਗੇ ਜੀ ਦਾਦੇ ਤੇ ਪੋਤੇ ਦਾ ਰਿਸ਼ਤਾ ਸੀਗਾ ਸੱਤਵੀਂ ਤੇ ਅੱਠਵੀਂ ਪਾਤਸ਼ਾਹੀ ਦਾ ਆਪਸ ਵਿੱਚ ਕੀ ਰਿਸ਼ਤਾ ਸੀਗਾ ਫਿਰ ਤੋਂ ਉਹੀ ਪਿਤਾ ਦੇ ਪੁੱਤਰ ਦਾ ਰਿਸ਼ਤਾ ਸੀਗਾ ਤੇ ਨੌਵੀਂ ਪਾਤਸ਼ਾਹੀ ਤੇ ਛੇਵੀਂ ਪਾਤਸ਼ਾਹੀ ਦਾ ਪਿਤਾ ਜੀ ਦਾ ਪਿਤਾ ਤੇ ਤੇ بیٹے ਦਾ ਰਿਸ਼ਤਾ ਬਣ ਰਿਹਾ ਸੀਗਾ ਸਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਇਹਨਾਂ ਬਾਰੇ ਇਹ ਰਿਸ਼ਤੇ ਬਾਰੇ ਹੁਣ ਕਹਿੰਦੇ ਕਿਉਂਕਿ ਇੱਥੇ ਨਾ ਬੱਚਿਆਂ ਨੂੰ ਕਨਫਿਊਜ਼ਨ ਰਹਿੰਦਾ ਕਿ ਕੀ ਰਿਸ਼ਤਾ ਸੀਗਾ ਹਾਂਜੀ ਬਹੁਤ ਕਲੈਰਿਟੀ ਤੁਹਾਨੂੰ ਦੱਸੂਗਾ ਕਿ ਛੇਵੀਂ ਪਾਸ਼ਾਈ ਤੇ ਨੌਵੀਂ ਪਾਸ਼ਾਈ ਜਿਹਦਾ ਪਿਓ ਪੁੱਤਰ ਦਾ ਰਿਸ਼ਤਾ ਸੀਗਾ ਤੇ ਜਿਹੜੀ ਸੱਤਵੀਂ ਪਾਸ਼ਾਈ ਬਣਦੇ ਨੇ ਉਹ ਬਾਬਾ ਗੁਰਦਿੱਤ ਜੀ ਦੇ ਹੀ بیٹے ਸੀਗੇ ਠੀਕ ਹੈ ਉਹ ਸੀਗੇ ਬਾਬਾ ਗੁਰਦਿੱਤ ਜੀ ਸ਼੍ਰੀ ਗੁਰੂ ਹਰ राय ਜੀ ਅੱਠਵੀਂ ਪਾਸ਼ਾ ਸ਼੍ਰੀ ਗੁਰੂ ਹਰ राय ਜੀ ਉਹ ਗੁਰਦਿੱਤ ਜੀ ਦੇ بیٹے ਸੀਗੇ ਤੇ ਇੱਦਾਂ ਹੀ 8ਵੀਂ ਪਾਸ਼ਾ ਸ੍ਰੀ ਗੁਰੂ ਹਰ ਰਾਏ ਜੀ ਦੇ ਬੇਟੇ ਸੀਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤੇ 9ਵੀਂ ਪਾਸ਼ਾ ਸੀਗੇ ਬੇਟੇ ਸ੍ਰੀ ਗੁਰੂ ਹਰ ਗੋਬਿੰਦ ਜੀ ਜੋ ਕਿ 6ਵੀਂ ਪਾਸ਼ਾ ਸੀਗੇ ਉਮੀਦ ਹੈ ਤੁਹਾਨੂੰ ਕਲੈਰਿਟੀ ਹੋ ਗਈ ਹੋਗੀ ਅੱਗੇ ਚੱਲਦੇ ਹਾਂ ਕਹਿੰਦੇ ਜਦੋਂ 5 ਸਾਲ ਦੀ ਉਮਰ ਸੀਗੀ ਠੀਕ ਹੈ ਤੇ ਹਾਂਜੀ ਇਹ ਪੰਜਵੇਂ ਬੇਟੇ ਸੀਗੇ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸ੍ਰੀ ਗੁਰੂ ਹਰ ਗੋਬਿੰਦ ਜੀ ਦੇ ਹਰ ਗੋਬਿੰਦ ਜੀ ਦੇ ਬਚਪਨ ਦਾ ਨਾਮ ਸੀਗਾ ਤਿਆਗ ਮੱਲ ਜੀ ਜ਼ਿਆਦਾ ਫੋਕਸ ਆਪਾਂ ਰੱਖਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਹੀ ਬਟ ਇਹ ਸੀਗਾ ਕਿ ਇੱਕ ਵਾਰ ਤੁਹਾਨੂੰ ਆਈਡੀਆ ਦਿੱਤਾ ਕਿ ਕੀ ਰਿਸ਼ਤਾ ਇਹਨ ਉਸੋਦ ਆਪਣੇ ਕੋਲ ਬਹੁਤ ਹੀ ਜਿਹੜੇ ਚਾਈਲਡਹੂਡ ਸੀਗੇ ਬਚਪਨ ਵਿੱਚ ਸੀਗੇ ਤਾਂ ਇਹ ਜ਼ਿਆਦਾਤਰ ਘਰ ਦੇ ਅੰਦਰ ਰਹਿੰਦੇ ਸੀਗੇ ਬਾਹਲੀ ਦੁਨੀਆ ਨਾਲ ਇਹ ਨਾਲ ਨਹੀਂ ਸੀ ਮਿਲਦੇ ਜਿਹੜੇ ਇਹਨਾਂ ਦੇ ਹਮ ਉਮਰ ਦੇ ਬੱਚੇ ਸੀਗੇ ਉਹਨਾਂ ਨਾਲ ਵੀ ਜ਼ਿਆਦਾ ਨਹੀਂ ਸੀ ਖੇਡਦੇ ਹੁੰਦੇ ਬਸ ਆਪਸ ਆਪਣੇ ਵਿੱਚ ਹੀ ਰਹਿੰਦੇ ਸੀਗੇ ਹਮੇਸ਼ਾ ਰੱਬ ਨੂੰ ਯਾਦ ਕਰਦੇ ਰਹਿੰਦੇ ਸੀਗੇ ਤੇ ਜ਼ਿਆਦਾ ਟਾਈਮ ਆਪਣੇ ਆਪ ਜੀ ਬਤਾਇਆ ਇਹਨਾਂ ਨੇ ਭਗਤੀ ਬਹੁਤ ਕਹਿੰਦੇ ਕੀਤੀ ਆ ਤੇ ਇਦਾਂ ਹੀ ਉਦੋਂ ਬਾਅਦ ਸਕੂਲਿੰਗ ਵੀ ਕੀਤੀ ਆ ਪ੍ਰੋਪਰਲੀ ਛੇਵੀਂ ਕਲਾਸ ਜਦੋਂ 6 ਸਾਲ ਦੇ ਹੋ ਗਏ ਸੀ ਫਿਰ ਪ੍ਰੋਪਰਲੀ ਸਕੂਲ ਜਾਣਾ ਸ਼ੁਰੂ ਕੀਤਾ ਵਿਦਿਆ ਗ੍ਰਹਿਣ ਕਰਨੀ ਸ਼ੁਰੂ ਕੀਤੀ ਤੇ ਇਹਦੇ ਨਾਲ ਨਾਲ ਹੀ ਇਹਨਾਂ ਕੋਲੇ ਕਲਾਸਿਕਲ ਕਲਾਸਿਕਲ 뮤직 ਸਿੱਖਿਆ ਇਹਨਾਂ ਨੇ ਵੋਕਲ ਸਿੱਖਿਆ ਤੇ ਹੋਰ ਵੀ ਜਿਹੜੇ ਇਨਸਟਰੂਮੈਂਟਸ ਸੀਗੇ ਉਹਨਾਂ ਨੂੰ ਵੀ ਲਰਨ ਕੀਤਾ ਮਤਲਬ ਇੱਕ ਰੋਹਾਨੀਅਤ ਦੇ ਵੱਲ ਜ਼ਿਆਦਾ ਇਹਨਾਂ ਦਾ ਜੋ ਮਤ ਸੀਗਾ ਉਦੋਂ ਨੂੰ ਹੀ ਸੀਗੇ ਇਹਦੇ ਬਿਨਾ ਹੋਰ ਸਕੂਲਿੰਗ ਦੇ ਨਾਲ-ਨਾਲ ਉਹਨਾਂ ਨੇ ਜਿਵੇਂ ਮਿਲਟਰੀ ਟ੍ਰੇਨਿੰਗ ਵੀ ਸਿੱਖੀ ਸੀਗੀ ਘੋੜਸਵਾਰੀ ਤਲਵਾਰਬਾਜ਼ੀ ਸ਼ੂਟਿੰਗ ਵਗੈਰਾ ਸਾਰੀਆਂ ਕਲਾਮਾਂ ਗੁਰੂ ਜੀ ਦੇ ਕੋਲ ਸਨ ਤੇ ਗੁਰੂ ਜੀ ਸਾਰੀਆਂ ਕਲਾਮਾਂ ਦੇ ਵਿੱਚ ਨਿਪੁੰਨ ਸਨ ਈਵਨ ਇਹਨਾਂ ਨੇ ਜੋ ਅੰਮ੍ਰਿਤਸਰ ਤੇ ਕਰਤਾਰਪੁਰ ਸਾਹਿਬ ਦੀ ਜੰਗ ਹੋਈ ਸੀਗੀ ਉਹਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀਗਾ ਤੇ ਬਟ ਜੋ ਜ਼ਿਆਦਾ ਇਹਨਾਂ ਦਾ ਮੈਂ ਬਾਰ ਬਾਰ ਕਹਿੰਦਾ ਕਿ ਜੋ ਨੇਚਰ ਸੀਗਾ ਉਹ ਰੋਹਾਨੀਅਤ ਵਾਲ ਸੀਗਾ ਪਰਮਾਤਮਾ ਵਾਲ ਸੀਗਾ ਤੇ ਜ਼ਿਆਦਾ ਨੇਚਰ ਜਿਹੜਾ ਇਹਨਾਂ ਨੇ ਜੋ ਜ਼ਿਆਦਾ ਟਾਈਮ ਉਹ ਭਗਤੀ ਦੇ ਵਿੱਚ ਹੀ ਬਤੀਤ ਕੀਤਾ ਸੀਗਾ ਜਿਹਨਾਂ ਦੀ ਮੈਰਿਜ ਦੀ ਗੱਲ ਕਰੀਏ ਤਾਂ ਮੈਰਿਜ ਹੋਈ ਹੈ ਮਾਤਾ ਗੁਜਰੀ ਜੀ ਦੇ ਨਾਲ ਜੋ ਕਿ ਡਾਕਟਰ ਸੀਗੇ ਜੋ ਬੇਟੀ ਸੀਗੇ ਸ਼੍ਰੀ ਲਾਲਚੰਦ ਜੀ ਤੇ ਵਿਸ਼ਨਕੌਰ ਜੀ ਜੋ ਕਿ ਕਰਤਾਰਪੁਰ ਕਰਤਾਰਪੁਰ ਵਿਖੇ ਸੀਗੇ 1632 ਦੀ ਗੱਲ ਆ ਜੀ ਉਦੋਂ ਇਹਨਾਂ ਦੀ ਮੈਰਿਜ ਹੋ ਜਾਂਦੀ ਹੈ ਕਰ ਇੱਕ ਪੁੱਤਰ ਜਨਮ ਲੈਂਦਾ ਹੈ 1666 ਦੇ ਵਿੱਚ ਉਸ ਪੁੱਤਰ ਦਾ ਨਾਮ ਆ ਸ਼੍ਰੀ ਗੁਰੂ ਹਰਗੋਬਿੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਬਾਅਦ ਵਿੱਚ ਆਪਣੇ ਬਣਦੇ ਨੇ ਲੇਕਿਨ ਉਦੋਂ ਨਾਮ ਸੀਗਾ ਗੋਬਿੰਦ ਸਿੰਘ ਜੀ ਜਾਂ ਗੋਬਿੰਦ ਰਾਏ ਕਹਿੰਦੇ ਸੀਗੇ ਬਟ ਬਾਅਦ ਦੇ ਵਿੱਚ 10ਵੀਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਜਾਣਦੇ ਆਂ ਜੀ ਕਹਿੰਦੇ ਜਦੋਂ ਸ਼੍ਰੀ ਗੁਰੂ ਹਰ ਹੁਣ ਇੱਥੋਂ ਬੜੀ ਧਿਆਨ ਨਾਲ ਸੁਣਿਓ ਕਿਉਂਕਿ ਇੱਥੋਂ ਹੀ ਇਹਨਾਂ ਦੀ ਸ਼ਹਾਦਤ ਦੇ ਬਾਰੇ ਸਾਨੂੰ ਪਤਾ ਲੱਗਣਾ ਆ ਜਦੋਂ ਸ਼੍ਰੀ ਗੁਰੂ ਹਰ ਗੋਬਿੰਦ ਜੀ 6ਵੀਂ ਪਾਸ਼ਾ ਜੀ ਦੀ ਜਿਹਦੀ ਸ਼ਹੀਦੀ ਹੁੰਦੀ ਹੈ ਜੀ ਠੀਕ ਹੈ ਜੋਤੀ ਜੋ ਸਮਾਉਂਦੇ ਨੇ 6ਵੀਂ ਪਾਸ਼ਾ ਜੀ ओके ਜਾਨੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਸਮਝੋ ਇਸ ਗੱਲ ਨੂੰ ਹੁਣ ਉਹਨਾਂ ਦੇ ਮਾਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਇਹਨਾਂ ਨੂੰ ਤੇਗ ਬਹਾਦਰ ਜੀ ਨੂੰ ਆਪਣੇ ਨਾਨਕੇ ਪਿੰਡ ਮਤਲਬ ਕਿ ਬਾਬਾ ਬਕਾਲਾ ਲੈ ਕੇ ਵਾਪਸ ਆ ਜਾਂਦੇ ਨੇ ਜੋ ਕਿ ਬਿਆਸ ਨਦੀ ਦੇ ਕਿਨਾਰੇ ਸੀਗਾ ਤੇ ਉਦੋਂ ਹੀ ਸਤਵੀਂ ਪਾਸ਼ਾ ਕਿਉਂਕਿ ਛੇਵੀਂ ਪਾਸ਼ਾ ਜੀ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਸੀਗੇ ਸਤਵੀਂ ਪਾਸ਼ਾ ਜੀ ਬਣਦੇ ਨੇ ਸ੍ਰੀ ਗੁਰੂ ਹਰ राय ਜੀ ਜੋ ਕਿ ਬਿਗੁਰੂ ਤੇਗ ਬਹਾਦਰ ਜੀ ਦੇ ਭਰਾ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਬੇਟੇ ਸੀਗੇ ਉਹ ਗੁਰਗੱਦੀ ਤੇ ਵਿਰਾਜਮਾਨ ਹੁੰਦੇ ਨੇ ਤੇ ਸ੍ਰੀ ਗੁਰੂ ਹਰगोविंद ਜੀ ਤੋਂ ਬਾਅਦ ਸ੍ਰੀ ਗੁਰੂ ਹਰ Rai ਜੀ ਗੁਰਗੱਦੀ ਤੇ ਵਿਰਾਜਮਾਨ ਹੁੰਦੇ ਨੇ ਤੇ ਗੁਰੂ ਤੇਗ ਬਹਾਦਰ ਜੀ ਬਹੁਤ ਹੀ ਖੁਸ਼ ਹੁੰਦੇ ਨੇ ਆਪਣੇ ਇਸ ਉਹਨਾਂ ਨੇ ਬਿਲਕੁਲ ਵੀ ਇਹ ਨਹੀਂ ਕਿਹਾ ਕਿ ਤੁਸੀਂ ਕਿਉਂ ਮੈਨੂੰ ਛੱਡ ਕੇ ਮੈਂ ਤੁਹਾਡਾ ਬੇਟਾ ਆ ਜਾਂ ਹੋਰ ਤੁਹਾਡੇ ਬੇਟੇ ਨੇ ਉਹਨਾਂ ਨੂੰ ਛੱਡ ਕੇ ਆਪਣੇ ਪੋਤੇ ਨੂੰ ਬਣਾਇਆ ਗੁਰੂ ਤਾਂ ਇਹਨਾਂ ਨੇ ਜਮਾ ਵੀ ਕੰਟੈਸਟ ਨਹੀਂ ਕੀਤਾ ਕਿਉਂਕਿ ਇਹਨਾਂ ਦੀ ਜ਼ਿਆਦਾ ਧਿਆਨ ਹਮੇਸ਼ਾ ਹੀ ਰੱਬ ਵੱਲ ਸੀਗਾ ਕਹਿੰਦੇ ਉਦੋਂ ਜਦੋਂ ਰਹਿ ਰਹੇ ਸੀਗੇ ਬਾਬਾ ਬਕਾਲਾ ਇਹਨਾਂ ਨੇ ਬਹੁਤ ਸਾਰੇ ਧਾਰਮਿਕ ਪਲੇਸ ਘੁੰਮੇ ਜਿਵੇਂ ਕਿ ਆਪਾਂ ਕਹਿੰਦੇ ਗੋਇੰਦਵਾਲ ਸਾਹਿਬ ਕੀਰਤਪੁਰ ਸਾਹਿਬ ਫਰੀਦਵਾਰ ਪ੍ਰਿਆਗ ਮਥੁਰਾ ਜਿੰਨੇ ਵੀ ਬਨਾਰਸ ਕਾਚੀ ਜ ਕਾਸ਼ੀ ਸਾਰੀਆਂ ਜਗਾਵਾਂ ਘੁੰਮੀਆਂ ਸੀਗੀਆਂ ਕਿਉਂਕਿ ਇਹਨਾਂ ਦਾ ਮਨ ਸੀਗਾ ਉਸ ਟਾਈਮ ਤੇ ਕਿ ਅਸੀਂ ਕਿਉਂ ਨਾ ਧਾਰਮਿਕ ਸਥਾਨਾਂ ਤੇ ਜਾਈਏ ਤੇ ਨਾਲ ਇਹਨਾਂ ਦੇ ਭਾਈ ਜੇਠਾ ਜੀ ਵੀ ਸੀਗੇ ਜੋ ਕਿ ਅ ਅਲੱਗ-ਅਲੱਗ ਜਗ੍ਹਾ ਪਟਨਾ ਸਾਹਿਬ ਤੱਕ ਪਹੁੰਚ ਗਿਆ ਸੀਗੇ ਉੱਥੇ ਘੁੰਮਣ ਗਏ ਸੀਗੇ ਤੇ ਜਦੋਂ ਪਟਨਾ ਸਾਹਿਬ ਪਹੁੰਚੇ ਸੀਗੇ ਉੱਥੇ ਇਹਨਾਂ ਨੂੰ ਨਿਊਜ਼ ਮਿਲਦੀ ਆ ਕਿ ਸੱਤਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰ Rai ਜੀ ਵੀ ਇਸ ਦੁਨੀਆ ਨੂੰ 686 ਦੀ ਗੱਲ ਹੈ ਜੀ ਕਿਉਂਕਿ ਉਹ ਟਾਈਮ ਸੀਗਾ ਜਦੋਂ ਸਿੱਖ ਗੁਰੂਆਂ ਦੀ ਜੋ ਜੋਤੀ ਜੋਤ ਸਮਾਉਣ ਦੀ ਆ ਉਹ ਟਾਈਮ ਕਾਫੀ ਘੱਟ ਸੀਗਾ ਬਹੁਤ ਛੋਟੇ ਟਾਈਮ ਪੀਰੀਅਡ ਦੇ ਵਿੱਚ ਦੋ ਗੁਰੂ ਸਾਹਿਬਾਨ ਇਸ ਕੰਮ ਨੂੰ ਛੱਡ ਕੇ ਜਾ ਚੁੱਕੇ ਸੀਗੇ ਤੇ ਜਦੋਂ ਵਾਪਸ ਆ ਰਹੇ ਸੀਗੇ ਤਾਂ ਫਿਰ ਕਹਿੰਦੇ ਕੀਰਤਪੁਰ ਸਾਹਿਬ ਆਉਣੇ ਆ ਵਾਪਸ ਤੇ ਆਏ ਉੱਥੋਂ ਕੀਰਤਪੁਰ ਸਾਹਿਬ ਵਾਪਸ ਤੇ ਉਦੋਂ ਹੀ ਪਤਾ ਲੱਗਾ ਕਿ ਹੁਣ ਸਾਡੀ ਜਿਹੜੀ 8ਵੀਂ ਕਿਉਂਕਿ ਆਉਂਦੇ ਹੋਏ ਵਾਪਸ ਇਹ ਮਿਲੇ ਸੀਗੇ 8ਵੀਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਤੇ ਗੁਰੂ ਹਰਿਕ੍ਰਿਸ਼ਨ ਜੀ ਉਸ ਟਾਈਮ ਤੇ ਦਿੱਲੀ ਸੀਗੇ ਇਹ ਵਾਪਸ ਆ ਰਹੇ ਸੀਗੇ ਗੁਰੂ ਤੇਗ ਬਹਾਦਰ ਜੀ ਵਾਪਸ ਆਏ ਜਦੋਂ ਫਿਰ ਬਾਬਾ ਬਕਾਲਾ ਪਹੁੰਚ ਗਏ ਸੀਗੇ ਤੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਮਿਲ ਕੇ ਆਏ ਸੀਗੇ ਆਉਂਦੇ ਹੋਏ ਜੋ ਕਿ ਦਿੱਲੀ ਵਿੱਚ ਉਸ ਟਾਈਮ ਤੇ ਰਹਿ ਰਹੇ ਸੀਗੇ ਲੇਕਿਨ ਦਿੱਲੀ ਵਿੱਚ ਜਦੋਂ ਸੀਗੇ ਤੁਹਾਨੂੰ ਪਤਾ ਉੱਥੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀਗੀ ਤੇ ਗੁਰੂ ਹਰਿਕ੍ਰਿਸ਼ਨ ਜੀ ਨੇ ਬਹੁਤ ਸੇਵਾ ਕੀਤੀ ਸੀਗੀ ਲੋਕਾਂ ਦੀ ਬਟ ਇੱਕ ਮੰਦਭਾਗੀ ਘਟਨਾ ਹੋਈ ਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੀ ਉਸ ਬਿਮਾਰੀ ਦੇ ਸ਼ਿਕਾਰ ਹੁੰਦੇ ਨੇ ਤੇ ਉੱਥੇ ਹੀ ਉਸ ਜਗ੍ਹਾ ਤੇ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੀ ਇਸ ਦੁਨੀਆ ਨੂੰ ਛੱਡ ਕੇ ਜਾਂਦੇ ਨੇ ਲੇਕਿਨ ਜਦੋਂ ਜਾਣ ਲੱਗਦੇ ਨੇ ਤਾਂ ਉਹਨਾਂ ਦੇ ਆਖਰੀ ਸ਼ਬਦ ਹੁੰਦੇ ਨੇ ਬਾਬਾ ਬਕਾਲਾ ਆਖਰੀ ਸ਼ਬਦ ਕਿਰੇ ਨੇ ਜੀ ਬਾਬਾ ਬਕਾਲਾ ਤੇ ਬਾਬਾ ਬਕਾਲਾ ਹੀ ਕਹਿੰਦੇ ਉਹਨਾਂ ਦੇ ਸਕਸੈਸਰ ਹੋਣਗੇ ਉਹਨਾਂ ਤੋਂ ਬਾਅਦ ਗੁਰੂ ਗੱਦੀ ਤੇ ਬਿਰਾਜਮਾਨ ਹੋਣਗੇ ਬਾਬਾ ਬਕਾਲਾ ਹੁਣ ਬਾਬਾ ਬਕਾਲਾ ਜੀ ਕੌਣ ਸੀਗੇ ਇੱਕ ਬਹੁਤ ਵੱਡਾ ਰਹੱਸਾ ਸੀਗਾ ਉਸ ਟਾਈਮ ਤੇ ਉਦੋਂ ਹੀ ਕਹਿੰਦੇ ਜਦੋਂ ਹਰਿ ਕ੍ਰਿਸ਼ਨ ਜਿਹੇ ਗੁਰੂ ਹਰਿ ਕ੍ਰਿਸ਼ਨ ਜੀ ਇਸ ਦੁਨੀਆ ਨੂੰ ਛੱਡ ਗਏ ਨਹੀਂ ਸੀਗੇ ਲੇਕਿਨ ਕਾਫੀ ਬਿਮਾਰ ਸੀਗੇ ਇੱਕ ਹੋਰ ਪਰਸਨੈਲਿਟੀ ਆਪਾਂ ਕਹਿੰਦੇ ਆ ਜੀ ਮੱਖਣਸ਼ਾਹ ਲੁਬਾਣਾ ਇਹਨਾਂ ਦੀ ਵੀ ਉੱਥੇ ਐਂਟਰੀ ਹੁੰਦੀ ਹੈ ਇਹ ਹੁਣ ਕੌਣ ਸੀਗੇ ਇਹਨਾਂ ਬਾਰੇ ਆਪਾਂ ਦੇਖ ਲਈਏ ਕਹਿੰਦੇ ਮੱਖਣਸ਼ਾਹ ਲੁਬਾਣਾ ਇੱਕ ਉਹ ਇਨਸਾਨ ਸੀਗੇ ਜਿਹੜੇ ਗੁਰੂ ਘਰ ਨਾਲ ਬਹੁਤ ਪ੍ਰੇਮ ਸੀਗਾ ਬਹੁਤ ਹੀ ਟਾਈਮ ਤੋਂ ਗੁਰੂ ਜੀ ਦੇ ਨਾਲ ਜੁੜੇ ਹੋਏ ਸੀਗੇ ਇੱਕ ਬਿਜ਼ਨਸਮੈਨ ਸੀਗੇ ਤੇ ਜਦੋਂ ਕਹਿੰਦੇ ਬਿਜ਼ਨਸਮੈਨ ਇਹ ਆਪਦਾ ਟ੍ਰੇਡ ਕਰਦੇ ਸੀਗੇ ਸ਼ਿਪ ਦੇ ਉੱਤੇ ਸਮਾਨ ਲੈ ਕੇ ਇੱਕ ਵਾਰ ਆ ਰਹੇ ਸੀਗੇ ਤੇ ਇਹ ਇੱਕ ਸਮੁੰਦਰ ਦੇ ਵਿੱਚ ਫਸ ਗਿਆ ਸੀਗਾ ਤਾਂ ਉੱਥੇ ਬੈਠ ਕੇ ਲਖਣ ਜਿਹੜਾ ਆਪਣੇ ਸੀਗੇ ਜੀ ਮੱਖਣਸ਼ਾਹ ਲੁਬਾਣਾ ਜੀ ਇਹਨਾਂ ਨੇ ਅਰਦਾਸ ਕੀਤੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿ ਗੁਰੂ ਜੀ ਮੈਂ ਤੁਹਾਡੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾ ਭੇਟ ਕਰੂੰਗਾ ਮੈਨੂੰ ਇਸ ਤੂਫਾਨ ਤੋਂ ਬਚਾ ਲਓ ਤੇ ਗੁਰੂ ਜੀ ਨੇ ਅਰਦਾਸ ਇਹਨਾਂ ਦੀ ਸਵੀਕਾਰ ਕੀਤੀ ਤੇ ਇਹਨਾਂ ਨੂੰ ਸਹੀ ਸਲਾਮਤ ਉੱਥੋਂ ਬਾਹਰ ਕੱਢ ਲਿਆਂਦਾ ਹੁਣ ਜਦੋਂ ਵਾਪਸ ਆਏ ਸੀਗੇ ਉਸ ਸਮੁੰਦਰ ਦੇ ਜਾਲ ਦੇ ਵਿੱਚੋਂ ਉਸ ਸਟ੍ਰੋਮ ਦੇ ਵਿੱਚੋਂ ਉਸ ਤੂਫਾਨ ਦੇ ਵਿੱਚੋਂ ਤੇ ਜਦੋਂ ਦਿੱਲੀ ਪਹੁੰਚੇ ਪਤਾ ਲੱਗਾ ਕਿ ਗੁਰੂ ਜੀ ਕਾਫੀ ਬਿਮਾਰ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਕਾਫੀ ਬਿਮਾਰ ਨੇ ਤੇ ਆਖਰੀ ਸ਼ਬਦ ਵੀ ਬਾਬਾ ਬਕਾਲਾ ਸੀਗਾ ਤੇ ਉੱਥੋਂ ਪਹੁੰਚੇ ਸੀਗੇ ਕਿ ਚਲੋ ਬਾਬਾ ਬਕਾਲਾ ਜਾਣੇ ਆ ਕਿਉਂਕਿ ਕਹਿੰਦੇ ਕਿ ਨੌਵੀਂ ਜੋਤ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹ ਬਾਬਾ ਬਕਾਲਾ ਜਾ ਕੇ ਹੀ ਸਾਨੂੰ ਮਿਲੂਗੀ ਜਦੋਂ ਬਾਬਾ ਬਕਾਲਾ ਪਹੁੰਚੇ ਮੱਖਣਸ਼ਾਲੂਬਾਣਾ ਤੇ ਇਹਨਾਂ ਨੇ ਆ ਕੇ ਦੇਖਿਆ ਉੱਥੇ ਤਾਂ ਬਹੁਤ ਗੁਰੂ ਬੈਠੇ ਨੇ ਹਰੀਕ ਕਹਿੰਦਾ ਕਿ ਮੈਂ ਹੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਆ ਇਹ ਚੀਜ਼ਾਂ ਜਦੋਂ ਪਤਾ ਲੱਗੀਆਂ ਤਾਂ ਬਹੁਤ ਹੀ ਜ਼ਿਆਦਾ ਫਿਰ ਇੱਕ ਏਦਾਂ ਦੀ ਕੰਡੀਸ਼ਨ ਬਣ ਗਈ ਸੀ ਕਿ ਗੁਰੂ ਅਸਲੀ ਹੈ ਕੌਣ ਆ ਜੀ ਉੱਥੇ ਫਿਰ ਜਦੋਂ ਮੱਖਣਸ਼ਾ ਲੁਬਾਣਾ ਪਹੁੰਚੇ ਕਹਿੰਦੇ ਚਲੋ ਐ ਕਰਦੇ ਆਪਾਂ ਸਾਰਿਆਂ ਨੂੰ 2-2 ਮੋਹਰਾ ਸੋਨੇ ਦੇ ਮੋਹਰਾ ਮੱਥਾ ਟੇਕਦੇ ਆ ਇਹਨਾਂ ਨੇ ਜਿੰਨੇ ਉੱਥੇ ਗੁਰੂ ਦਾ ਰੂਪ ਲੈ ਕੇ ਬੈਠੇ ਸੀਗੇ ਲੋਕ ਉਹਨਾਂ ਸਾਰਿਆਂ ਨੂੰ 2-2 ਰੁਪਏ 2-2 ਜਾਨੀ ਮੋਹਰਾ ਟੇਕੀਆਂ ਤਾਂ ਕਿਸੇ ਨੇ ਕੁਝ ਨਹੀਂ ਕਿਹਾ ਸਾਰੇ ਖੁਸ਼ ਹੋ ਗਏ ਤੇ ਜਦੋਂ ਇਹ ਫਿਰ ਵੀ ਇਹਨਾਂ ਦੀ ਦੁਚਿੱਤੀ ਖਤਮ ਨਹੀਂ ਹੋ ਟੈਂਸ਼ਨ ਸੀਗੀ ਇਹਨਾਂ ਨੂੰ ਪਤਾ ਲੱਗਦਾ ਆ ਕਿ ਇੱਕ ਹੋਰ ਗੁਰੂ ਨੇ ਜੋ ਕਿ ਇੱਕ ਜਗ੍ਹਾ ਤੇ ਬੈਠ ਕੇ ਕਾਫੀ ਲੰਬੇ ਟਾਈਮ ਤੋਂ ਤਪੱਸਿਆ ਕਰ ਰਹੇ ਨੇ ਕਹਿੰਦੇ ਕਿਉਂ ਨਾ ਉੱਥੇ ਵੀ ਜਾਈਏ ਜੀ ਜਦੋਂ ਉੱਥੇ ਗਏ ਇਹ ਉਸ ਜਗ੍ਹਾ ਤੇ ਗਏ ਇਹਨਾਂ ਨੇ ਜੇਬ ਦੇ ਵਿੱਚੋਂ ਦੋ ਸੋਨੇ ਦੀਆਂ ਮੋਹਰਾ ਕੱਢ ਕੇ ਜਦੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਰੱਖੀਆਂ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਮੱਖਣ ਸਿਆ ਜਦੋਂ ਮੁਸੀਬਤ ਸੀਗੀ ਤਾਂ ਗੁਰੂ ਚਰਨਾ ਦੇ ਅਰਦਾਸ ਜੁਰ ਗੁਰੂ ਚਰਨਾ ਦੇ ਗੁਰੂ ਦੇ ਚਰਨਾ ਚ ਅਰਦਾਸ ਕੀਤੀ ਸੀਗੀ 500 ਮੋਹਰਾਂ ਦੀ ਹੁਣ ਠੀਕ ਹੋ ਗਿਆ ਤਾਂ 2 ਮੋਹਰਾਂ ਤੇ ਆ ਗਿਆ ਇਹ ਗੱਲ ਸੁਣ ਕੇ ਮੱਖਣ ਸ਼ਾ ਲੁਬਾਣਾ ਇੰਨੇ ਖੁਸ਼ ਹੋਏ ਕਹਿੰਦੇ ਜੀ ਅਸਲੀ ਗੁਰੂ ਤਾਂ ਹੁਣ ਮਿਲੇ ਨੇ ਉਹ ਕਹਿੰਦੇ ਇੰਨਾ ਉਹਨਾਂ ਨੂੰ ਖੁਸ਼ੀ ਚੜੀ ਉਹ ਉਸ ਘਰ ਦੀ ਛੱਤ ਤੇ ਚੜ ਕੇ ਕੁਝ ਵਿਚਾਰਾਂ ਦਾ ਉਚਾਰਨ ਕਰਦੇ ਸੀਗੇ ਕਿ ਗੁਰੂ ਲੱਭੋ ਰੇ ਗੁਰੂ ਲੱਦੋਲੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਵੀ ਗੁਰੂ ਲੱਭ ਗਿਆ ਜੀ ਗੁਰੂ ਲੱਭ ਗਿਆ ਫਿਰ ਉਦੋਂ ਬਾਅਦ ਮੱਖਣਸ਼ਾ ਲੁਬਾਣਾ ਜੀ ਨੇ ਗੁਰੂ ਦੇ ਚਰਨਾਂ ਵਿੱਚ ਫੇਰਾ ਕੇ ਅਰਦਾਸ ਕੀਤੀ ਕਿ ਤੁਸੀਂ ਹੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਨੌਵੀਂ ਜੋਤ ਹੋ ਤੇ ਤੁਸੀਂ ਹੀ ਸਾਨੂੰ ਹੁਣ ਅੱਗੇ ਸੰਭੋ ਕਿਉਂਕਿ ਸਿੱਖ ਧਰਮ ਨੂੰ ਬਹੁਤ ਜ਼ਰੂਰਤ ਹੈ ਇੱਕ ਗੁਰੂ ਦੀ ਤੇ ਤੁਸੀਂ ਹੁਣੋ ਗੁਰੂ ਬਣੋ ਤੇ ਉੱਥੇ ਹੀ ਫਿਰ ਕੀ ਹੁੰਦਾ ਜੀ ਨੌਵੀਂ ਪਾਸ਼ਾ ਸ਼ਰੂਰ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਵਿਰਾਜਮਾਨ ਹੁੰਦੇ ਨੇ ਜਦੋਂ ਜਦੋਂ ਠੀਕ ਸੀਗਾ ਇਹ ਗੁਰੂ ਜੀ ਗੁਰਗੱਦੀ ਦੇ ਬਿਰਾਜਮਾਨ ਹੁੰਦੇ ਨੇ ਉਸ ਤੋਂ ਬਾਅਦ ਔਰੰਗਜ਼ੇਬ ਦਾ ਜਿਹੜਾ ਆਤੰਕ ਸੀਗਾ ਉਹ ਵਾਧਾ ਵਾਧਾ ਬਹੁਤ ਜ਼ਿਆਦਾ ਵੱਧ ਚੁੱਕਾ ਸੀਗਾ ਕਿਉਂਕਿ ਔਰੰਗਜ਼ੇਬ ਜਿਹੜਾ ਸੀਗਾ ਉਹਦੀ ਸੋਚ ਸੀਗੀ ਕਿ ਕਿਉਂ ਨਾ ਮੈਂ ਧਰਮ ਪਰਿਵਰਤਨ ਜ਼ਿਆਦਾ ਤੋਂ ਜ਼ਿਆਦਾ ਕਰਾਂ ਤੇ ਉਹ ਧਰਮ ਪਰਿਵਰਤਨ ਦੇ ਦੌਰ ਦੇ ਵਿੱਚ ਹੀ ਜਿਹੜੇ ਬ੍ਰਾਹਮਣ ਸਪੈਸ਼ਲੀ ਕਸ਼ਮੀਰੀ ਪੰਡਿਤ ਸੀਗੇ ਉਹਨਾਂ ਤੱਕ ਵੀ ਉਹ ਗੱਲਾਂ ਪਹੁੰਚੀਆਂ ਕਿ ਹੁਣ ਤੁਸੀਂ ਵੀ ਆਪਣਾ ਧਰਮ ਪਰਿਵਰਤਨ ਕਰੋ ਤੇ ਕਹਿੰਦੇ ਉਸ ਟਾਈਮ ਦੇ ਕਸ਼ਮੀਰੀ ਪੰਡਤਾਂ ਕੋਲੇ ਪਤਾ ਸੀਗਾ ਕਿ ਗੁਰੂ ਨੇ ਜੋ ਕਿ ਨੰਦਪੁਰ ਸਾਹਿਬ ਰਹਿੰਦੇ ਨੇ ਗੁਰਤੇਗ ਬਹਾਦਰ ਜੀ ਉਹ ਇਨਸਾਨੀਅਤ ਦੀ ਭਲਾਈ ਦੇ ਲਈ ਬਹੁਤ ਕੁਝ ਕਰ ਰਹੇ ਨੇ ਤਾਂ ਉਹ ਕਸ਼ਮੀਰੀ ਪੰਡਤ ਗੁਰੂ ਜੀ ਦੇ ਦਰਬਾਰ ਚ ਪਹੁੰਚੇ ਤੇ ਦਰਬਾਰ ਚ ਆ ਕੇ ਕਹਿੰਦੇ ਕਿ ਗੁਰੂ ਜੀ ਸਾਨੂੰ ਔਰੰਗਜ਼ੇਬ ਨੇ ਆਰਡਰ ਲਾਇਆ ਕਿ ਤੁਸੀਂ ਅ ਆਪਦਾ ਧਰਮ ਬਦਲ ਲਓ ਜੀ ਧਰਮ ਬਦਲੋ ਲੇਕਿਨ ਅਸੀਂ ਕਹਿੰਦੇ ਬਦਲਣਾ ਨਹੀਂ ਚਾਹੁੰਦੇ ਤੇ ਫਿਰ ਗੁਰੂ ਜੀ ਨੇ ਕਿਹਾ ਕਿ ਦੇਖੋ ਇਹਦੇ ਲਈ ਇੱਕ ਬਹੁਤ ਵੱਡੀ ਕੁਰਬਾਨੀ ਦੀ ਲੋੜ ਪੈਣੀ ਆ ਤੇ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਵੀ ਪਹਿਲਾਂ ਸਾਡੇ ਗੁਰੂ ਦਾ ਧਰਮ ਬਦਲ ਲਾ ਜੇ ਉਹਨਾਂ ਨੇ ਬਦਲਿਆ ਤੇ ਅਸੀਂ ਵੀ ਆਪਦਾ ਧਰਮ ਬਦਲ ਲਾਂਗੇ ਜੀ ਇਹ ਗੱਲ ਕਹਿ ਕੇ ਗੁਰੂ ਜੀ ਦਿੱਲੀ ਵੱਲੋਂ ਰਵਾਨਾ ਹੁੰਦੇ ਨੇ ਤੇ ਜਦੋਂ ਇਹ ਖਬਰਾਂ ਔਰੰਗਜ਼ੇਬ ਤੱਕ ਪਹੁੰਚਦੀਆਂ ਨੇ ਕਿ ਕੋਈ ਗੁਰੂ ਜੋ ਕਹਿ ਰਿਹਾ ਕਿ ਪਹਿਲਾਂ ਮੇਰਾ ਧਰਮ ਬਦਲ ਲਓ ਬਾਅਦ ਵਿੱਚ ਇਹ ਵੀ ਧਰਮ ਬਦਲ ਲੈਣਗੇ ਤੇ ਉਹਨਾਂ ਨੇ ਫਿਰ ਕੀ ਕੀਤਾ ਕਿਆ ਜਿਕ ਠੀਕ ਆ ਹਾਂ ਲੇਕਿਨ ਜਦੋਂ ਜਾਣ ਲੱਗੇ ਸੀਗੇ ਦਿੱਲੀ ਨੂੰ ਉਦੋਂ ਪਹਿਲਾਂ ਹੀ ਆਪਦੇ ਬੇਟੇ ਗੋਵਿੰਦ ਰਾਏ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣਾ ਕੇ ਗੁਰਗੱਦੀ ਤੇ ਵਿਰਾਜਮਾਨ ਕਰਾਤਾ ਸੀਗਾ ਹਾਲਾਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਸਿੰਘ ਸ਼ਬਦ ਆਪਾਂ ਨੂੰ ਪਤਾ ਹੋ 1699 ਚ ਲੱਗਦਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸਾ ਪੰਥ ਦੀ ਸਥਾਪਨਾ ਕਰਦੇ ਨੇ ਤੇ ਗੁਰਗੱਦੀ ਤੇ ਵਿਰਾਜਮਾਨ ਕਰਾ ਕੇ ਆਪਦੇ بیٹے ਦਸਵੀਂ ਪਾਸ਼ਾ ਜੀ ਨੂੰ ਆਪ ਦਿੱਲੀ ਵੱਲੋਂ ਰਵਾਨਾ ਹੁੰਦੇ ਨੇ ਰਸਤੇ ਵਿੱਚ ਆਉਂਦਿਆ ਹੀ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਗੁਰੂ ਜੀ ਆ ਰਹੇ ਨੇ ਔਰੰਗਜ਼ੇਬ ਨੂੰ ਨਹੀਂ ਸੀ ਪਤਾ ਗੁਰੂ ਜੀ ਆ ਰਹੇ ਨੇ ਤਾਂ ਔਰੰਗਜ਼ੇਬ ਨੇ ਇੱਕ ਆਪਦਾ ਸਿਪਾਹੀ ਭੇਜਿਆ ਜਿਹਨੂੰ ਸਿਕੰਦਿਆ ਮਿਰਜ਼ਾ ਨੂਰ ਮੁਹੰਮਦ ਖਾਨ ਇਹ ਕਹਿੰਦੇ ਕਿ ਗੁਰੂ ਨੂੰ ਅਰੈਸਟ ਕਰਕੇ ਹੋਰ ਵੀ ਕਾਫੀ ਸਾਰੇ ਸਿੰਘ ਸੀਗੇ ਜਿਹੜੇ ਮੇਨ ਸੀਗੇ ਜਿਵੇਂ ਕਿ ਭਾਈ ਦਿਆਲਾ ਜੀ ਭਾਈ ਮਤੀ ਦਾਸ ਤੇ ਭਾਈ ਸੱਦੀ ਦਾਸ ਇਹਨਾਂ ਨਾਲ ਜਾ ਰਹੇ ਸੀਗੇ ਤੇ ਇਹਨਾਂ ਨੂੰ ਰੋਪੜ ਦੇ ਨੇੜੇ ਇੱਕ ਪਿੰਡ ਸਿਗਾ ਉੱਥੇ ਅਰੈਸਟ ਕਰ ਲਿਆ ਜਾਂਦਾ ਗੁਰੂ ਜੀ ਨੂੰ ਤੇ ਉਹਨਾਂ ਦੇ ਪੂਰੇ ਦੇ ਪੂਰੇ ਨਾਲ ਸਿੰਘਾਂ ਨੂੰ ਜੀ ਮੁੜ ਕੇ ਦਿੱਲੀ ਲੈ ਆਇਆ ਜਾਂਦਾ ਤੇ ਦਿੱਲੀ ਲਿਜਾ ਕੇ ਇਹਨਾਂ ਮੋਰੇ ਤਿੰਨ ਆਪਸ਼ਨ ਰੱਖੇ ਜਾਂਦੇ ਨੇ ਕਿ ਕਹਿੰਦੇ ਜਾਂ ਤਾਂ ਤੁਸੀਂ ਮਾਫੀ ਮੰਗ ਲਓ ਜਾਦੂ ਦਿਖਾਓ ਕੋਈ ਸੌਰੀ ਮੈਂ ਮਾਫੀ ਨਹੀਂ ਕੋਈ ਜਾਦੂ ਦਿਖਾਓ ਜਾਂ ਫਿਰ ਕਹਿੰਦੇ ਗੁਰੂ ਜੀ ਨੂੰ ਕਹਿੰਦਾ ਇਸਲਾਮ ਨੂੰ ਕਬੂਲ ਕਰ ਲਓ ਤੇ ਜਾਂ ਫਿਰ ਮੌਤ ਨੂੰ ਕਬੂਲ ਕਰ ਲਓ ਤੇ ਗੁਰੂ ਜੀ ਕਹਿੰਦੇ ਅਸੀਂ ਇੱਥੇ ਲੋਕਾਂ ਦੇ ਮਨਾਂ 'ਚੋਂ ਇਹ ਡਰ ਹੀ ਖਤਮ ਕਰਨਾ ਜਿੱਦਾਂ ਤੁਸੀਂ ਪਾਇਆ ਹੋਇਆ ਕਿ ਜਾਂ ਇਸਲਾਮ ਕਬੂਲ ਕਰੋ ਜਾਂ ਮੌਤ ਕਬੂਲ ਕਰੋ ਅਸੀਂ ਤੁਹਾਨੂੰ ਅੱਜ ਮੌਤ ਕਬੂਲ ਕਰਕੇ ਹੀ ਦਿਖਾਵਾਂਗੇ ਕਿਉਂਕਿ ਉਸ ਟਾਈਮ ਤੇ ਹੁੰਦਾ ਇੱਕ ਨਾ ਜਦੋਂ ਡਰ ਖਤਮ ਹੋ ਗਿਆ ਕਹਿੰਦੇ ਫਿਰ ਸਾਰਾ ਕੁਝ ਖਤਮ ਆ ਤੇ ਉਸ ਟਾਈਮ ਦੇ ਲੋਕਾਂ ਦੇ ਜੋ Hindu religion ਨਾਲ ਲੋਕ ਬਿਲੋਂਗ ਕਰਦੇ ਸੀਗੇ ਕਿਉਂਕਿ ਹਾਲਾਂਕਿ ਕੱਲੇ Hindu ਨਹੀਂ ਮੈਂ ਕਹੂੰਗਾ ਉਸ ਟਾਈਮ ਤੇ ਔਰੰਗਜ਼ੇਬ ਦਾ ਇੱਕ ਮੋਟਿਵ ਸੀਗਾ ਕਿ ਜਿੰਨੇ ਵੀ ਧਰਮ ਨੇ ਸਾਰਿਆਂ ਨੂੰ ਇਸਲਾਮ ਦੇ ਵਿੱਚ ਮੈਂ ਕਨਵਰਟ ਕਰਦਾ ਇਹ ਜੋਰ ਸੀਗਾ ਉਸ ਟਾਈਮ ਤੇ ਤੇ ਗੁਰੂ ਜੀ ਨੇ ਕਿਹਾ ਕਿ ਇੱਕ ਮੌਤ ਦਾ ਡਰ ਤੁਹਾਨੂੰ ਡਰਾ ਰਿਹਾ ਹੈ ਵੀ ਮਾਰ ਦੂਗੇ ਗੁਰੂ ਕਹਿੰਦੇ ਵੀ ਤੁਸੀਂ ਮੌਤ ਦਾ ਡਰ ਹੀ ਖਤਮ ਕਰ ਦਿਓ ਬਸ ਵੀ ਵੱਧ ਤੋਂ ਵੱਧ ਕੀ ਹੋ ਜੂਗਾ ਸਾਡਾ ਧਰਮ ਤਾਂ ਬਚੂਗਾ ਕਿਉਂਕਿ ਹਰੇਕ ਧਰਮ ਰਿਸਪੈਕਟਡ ਆ ਹਰੇਕ ਧਰਮ ਦੀ ਆਪਦੀ ਬਹੁਤ ਹੀ ਵਿਲੱਖਣਤਾ ਇਤਿਹਾਸ ਆ ਕਹਿੰਦੇ ਕੀ ਹੋ ਜੂਗਾ ਜ਼ਿੰਦਗੀ ਜਾਊਗੀ ਜਾਵੇ ਧਰਮ ਤੋਂ ਜ਼ਿੰਦਗੀ ਕੁਰਬਾਨ ਆ ਤਾਂ ਜਦੋਂ ਗੁਰੂ ਉਸ ਟਾਈਮ ਤੇ ਗੁਰਤੇਗ ਬਹਾਦਰੀ ਨੇ ਸ਼ਹੀਦੀ ਦਿੱਤੀ ਸੀਗੀ ਤੇ ਉਹ ਸ਼ਹੀਦੀ ਕਿੱਥੇ ਹੁੰਦੀ ਆ ਜੀ ਚਾਂਦਨੀ ਚੌਂਕ 'ਚ ਉਹ ਸ਼ਹੀਦੀ ਹੁੰਦੀ ਆ ਜਲਾਦ ਨੂੰ ਬੁਲਾਇਆ ਜਾਂਦਾ ਹੈ 1675 ਦਾ ਉਹ ਦਿਨ ਸੀਗਾ ਜਦੋਂ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਤੇ ਚਾਂਦਨੀ ਚੌਕ ਉਹ ਜਗਾ ਸੀਗੀ ਜਿੱਥੇ ਕੀ ਅੱਜ ਸ੍ਰੀ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਹੈ ਜੀ ਹੁਣ ਇਥੇ ਇਤਿਹਾਸਕਾਰਾਂ ਦੁਆਰਾ ਬਹੁਤ ਸਾਰੀਆਂ ਜੋ ਡੇਟਸ ਨੇ 11 ਨਵੰਬਰ ਕਈ ਜਗ੍ਹਾ ਲਿਖੀ ਗਈ ਹੈ ਲੇਕਿਨ ਅੱਜ 24 ਨਵੰਬਰ ਨੂੰ ਪੰਜਾਬ ਸਰਕਾਰ ਨੇ ਇਹ ਦਿਨ ਨੂੰ ਕੋਟੀ ਕੋਟੀ ਪ੍ਰਣਾਮ ਕੀਤਾ ਮੈਂ ਤਾਂ ਕਰਕੇ ਅੱਜ ਇਥੇ ਉਹ ਡੇਟ ਨਹੀਂ ਮੈਂਸ਼ਨ ਕੀਤੀ ਨਵੰਬਰ 1675 ਹੀ ਲਿਖਿਆ ਹੈ ਜੀ ਕਿੰਦ ਜਦੋਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਆ ਉਹਨਾਂ ਦੇ ਸੀਸ ਨੂੰ ਪਵਿੱਤਰ ਦੇ ਨਾਲੋਂ ਅਲੱਗ ਕੀਤਾ ਗਿਆ ਸੀਗਾ ਕੁਦਰਤ ਵੀ ਰੋਈ ਸੀਗੀ ਉਸ ਟਾਈਮ ਤੇ ਕੁਦਰਤ ਨੇ ਵੀ ਇੱਕ ਇਦਾਂ ਦਾ ਕੌਤਕ ਵਰਤਾਇਆ ਕੀ ਕਹਿੰਦੇ ਸਟ੍ਰੋਮ ਆ ਗਿਆ ਹਨੇਰੀ ਤੂਫਾਨ ਆ ਗਿਆ ਇਸ ਚੀਜ਼ ਨੂੰ ਦੇਖਦੇ ਹੋਏ ਉੱਥੇ ਭਾਈ ਜੈਤਾ ਜੀ ਸੀਗੇ ਭਾਈ ਜੈਤਾ ਜੀ ਨੇ ਗੁਰੂ ਜੀ ਦੇ ਸੀਸ ਨੂੰ ਉਠਾਇਆ ਤੇ ਨੰਦਪੁਰ ਸਾਹਿਬ ਨੂੰ ਪ੍ਰਸਥਾਨ ਕਰ ਦਿੱਤਾ ਕਿ ਹੁਣ ਨੰਦਪੁਰ ਸਾਹਿਬ ਜਾਣਾ ਕਿਉਂਕਿ ਗੁਰੂ ਜੀ ਦਾ ਸੀਸ ਆ ਪਾ ਉਥੋਂ ਉਠਾ ਲਿਆ ਸੀਗਾ ਕੀਰਤਪੁਰ ਸਾਹਿਬ ਪਹੁੰਚੇ ਮੁੜ ਕੇ ਹੌਲੀ ਹੌਲੀ ਨਾਨਦਪੁਰ ਸਾਹਿਬ ਪਹੁੰਚੇ ਤੇ ਜਦੋਂ ਨਾਨਦਪੁਰ ਸਾਹਿਬ ਪਹੁੰਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਦੇਖਿਆ ਭਾਈ ਜੈਤਾ ਜੀ ਦੇ ਹੱਥਾਂ ਵਿੱਚ ਗੁਰੂ ਗੁਰਤੇਗ ਬਹਾਦਰ ਜੀ ਦਾ ਸੀਸਾ ਤੇ ਇੱਕ ਨਾਮ ਦਿੱਤਾ ਗਿਆ ਕਹਿੰਦੇ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਕਹਿਆ ਸੀਗਾ ਜੀ ਰੰਗਰੇਟਾ ਗੁਰੂ ਦਾ ਬੇਟਾ ਤੇ ਦੂਜੀ ਸਾਈਡ ਦੂਜੀ ਸਾਈਡ ਜਦੋਂ ਇਹੇ ਸੇਮ ਕੰਡੀਸ਼ਨ ਸੀਗੀ ਤੇ ਉੱਥੇ ਸੀਗੇ ਆਪਣੇ ਕੋਲੇ ਇੱਕ ਹੋਰ ਲੱਖੀ ਸ਼ਾ ਬਨਜਾਰਾ ਜੀ ਠੀਕ ਹੈ ਲੱਖੀ ਸ਼ਾ ਲੁਬਾਣਾ ਸੋਰੀ ਨਾ ਬਨਜਾਰਾ ਲੱਖੀ ਸ਼ਾ ਲੁਬਾਣਾ ਜੀ ਇਵੀ ਇੱਕ ਸਿੱਕੇ ਇਹਨਾਂ ਨੇ ਗੁਰੂ ਜੀ ਦੀ ਪਵਿੱਤਰ ਦੇਹ ਨੂੰ ਉਠਾਇਆ ਕਿਉਂਕਿ ਕੁਦਰਤ ਨੇ ਵੀ ਇੱਕ ਗੁੱਸਾ ਦਿਖਾਇਆ ਸੀਗਾ ਉਸ ਜੋ ਪਾਪ ਕੀਤਾ ਗਿਆ ਸੀਗਾ ਰੰਗਜੀਤ ਦੇ ਦੁਆਰਾ ਤੇ ਉਸ ਦੇਹ ਨੂੰ ਉਠਾ ਕੇ ਉਸ ਪਵਿੱਤਰ ਦੇਹ ਨੂੰ ਉਠਾ ਕੇ ਆਪਣੇ ਘਰ ਲੈ ਜਾ ਕੇ ਉੱਥੇ ਅਗਨਪੇਟ ਕਰ ਦਿੱਤਾ ਸੀਗਾ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਤੇ ਉਸ ਜਗ੍ਹਾ ਤੇ ਜੋ ਗੁਰਦੁਆਰਾ ਸਾਹਿਬ ਬਣਦਾ ਹੈ ਗੁਰਦੁਆਰਾ ਰਕਾਬ ਗੰਜ ਸਾਹਿਬ ਜੋ ਕਿ ਨਿਊ ਦਿੱਲੀ ਵਿੱਚ ਤੇ ਜਦੋਂ ਇਹ ਸਾਰਾ ਕੁਝ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੁੰਦੀ ਆ ਤੇ ਪੂਰੇ ਇੰਡੀਆ ਦੀ ਹਿਸਟਰੀ ਵਿੱਚ ਇੱਕ ਨਵਾਂ ਚੇਂਜ ਆਉਂਦਾ ਹੈ ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ ਕਿ ਲੋਕਾਂ ਦੇ ਮਨਾਂ ਵਿੱਚੋਂ ਇੱਕ ਡਰ ਖਤਮ ਕਰ ਦਿੱਤਾ ਤੇ ਆਪਣੇ ਧਰਮ ਦੇ ਪ੍ਰਤੀ ਇੱਕ ਜਾਗਰੂਕਤਾ ਫੈਲਾ ਦਿੱਤੀ ਕਿ ਅਸੀਂ ਆਪਣੇ ਧਰਮ ਲਈ ਆਪਣੀ ਜ਼ਿੰਦਗੀ ਨੂੰ ਵੀ ਕੁਰਬਾਨ ਕਰ ਸਕਦੇ ਹਾਂ ਲੋਕ ਕਹਿੰਦੇ ਠੀਕ ਔਰੰਗਜ਼ੇਬ ਕੀ ਕਰੇਗਾ ਮਾਰ ਦੇਗਾ ਮਾਰ ਦੇ ਸਾਡਾ ਧਰਮ ਤਾਂ ਬਚਿਆ ਰਹੂਗਾ ਇਸ ਹੀ ਇਸ ਜਿਹੜੀ ਮੋਟੀਵੇਸ਼ਨ ਲੋਕਾਂ 'ਚ ਆ ਗਈ ਸੀਗੀ ਇਸੇ ਮੋਟੀਵੇਸ਼ਨ ਨੇ ਹੌਲੀ-ਹੌਲੀ ਔਰੰਗਜ਼ੇਬ ਦੇ ਪ੍ਰਤੀ ਇੱਕ ਨਫ਼ਰਤ ਪੈਦਾ ਸ਼ੁਰੂ ਕਰ ਦਿੱਤੀ ਕਰਨੀ ਲੋਕਾਂ ਦੇ ਮਨਾਂ ਦੇ ਵਿੱਚ ਤੇ ਲੋਕਾਂ ਦੇ ਮਨਾਂ ਵਿੱਚੋਂ ਮੌਤ ਦਾ ਡਰ ਖਤਮ ਕਰ ਦਿੱਤਾ ਇਸੇ ਕਰਕੇ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਕੀ ਕਹਿੰਦੇ ਆ ਜੀ ਗੁਰਤੇਗ ਬਹਾਦਰ ਹਿੰਦ ਕੀ ਚਾਦਰ ਕਿ ਉਹਨਾਂ ਨੇ ਪੂਰੇ ਦੇ ਪੂਰੇ ਹਿੰਦੁਸਤਾਨ ਨੂੰ ਇੱਕ ਆਪਣੀ ਚਾਦਰ ਵਿੱਚ ਲਪੇਟ ਕੇ ਇੱਕ ਸੁਰੱਖਿਆ ਕਵਜ ਦਿੱਤਾ ਸੀਗਾ ਇੱਕ ਮੋਟੀਵੇਸ਼ਨ ਦਿੱਤੀ ਸੀਗੀ ਇੱਕ ਧਰਮ ਦੇ ਪ੍ਰਤੀ ਇੱਕ ਦ੍ਰਿੜ ਨਿਸ਼ਚੈ ਦੇ ਦਿੱਤਾ ਸੀਗਾ ਕਿ ਅਸੀਂ ਆਪਣੀ ਜਾਨ ਤੋਤੇ ਆਪਦੇ ਧਰਮ ਨੂੰ ਮੰਨਦੇ ਜੀ ਤੇ ਆਪਾਂ ਅੱਗੇ ਪਤਾ ਸ੍ਰੀ ਗੁਰੂ ਮੜਕੇ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੇ ਕਾਫੀ ਸਾਰੀਆਂ ਜੰਗਾਂ ਲੜੀਆਂ ਤੇ ਕਿਵੇਂ ਹੌਲੀ 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 ਕਰਕੇ ਔਰੰਗਜ਼ੇਬ ਦਾ ਖਾਤਮਾ ਕਰ ਦਿੱਤਾ ਸੀ ਜੀ ਛੂਟੀ ਜੀ ਪੇਟਿਆ ਗੁਰੂਜੀ ਦੇ ਚਰਨਾਂ ਵਿੱਚ ਪੰਜਾਬ ਅੱਡਾ ਦੀ ਟੀਮ ਵੱਲੋਂ ਤੇ ਮੈਨੂੰ ਇਹ ਮੌਕਾ ਮਿਲਿਆ ਕਿ ਕਿਉਂਕਿ ਉਹਨਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਇੱਕ ਜਿਹੜੀ ਬਲੀਦਾਨ ਦੀ ਕਹਾਣੀ ਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਤੋਂ ਜੁੜੇ ਰਹੋ ਇਦਾਂ ਦੀਆਂ ਹੋਰ ਸਿੱਖ ਇਤਿਹਾਸ ਨਾਲ ਰਿਲੇਟਡ ਆਪਾਂ ਹੋਰ ਲੈ ਕੇ ਆਂਦਾਂਗੇ ਤੁਹਾਡੇ ਲਈ ਕਲਾਸਿਸ ਤੇ ਸ਼ਾਮ ਨੂੰ 4 ਵਜੇ ਆਪਣੀ ਪੰਜਾਬ ਜੀਕੇ ਦੀ ਕਲਾਸ ਵੀ ਹੁੰਦੀ ਆ ਤੁਸੀਂ ਉੱਚ ਵੀ ਆ ਸਕਦੇ ਹੋ ਉੱਚ ਵੀ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਇਤਿਹਾਸ ਬਾਰੇ ਪੜ੍ਹਦੇ ਆ ਜੀ ਬਾਈਕਰ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ